ਇੱਥੇ ਜਦੋਂ ਰਿਕਵਰੀ ਹੋਣੀ ਸੀ ਤਾਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ, ਜਿਹੜਾ ਪੈਸੇ ਸੀਗੇ, ਉਸਦਾ ਕੁਛ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤਾਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ, ਜਿਸ ਦੇ ਵਿੱਚ ਕੱਢਣ 'ਚ ਉਹਨੇ ਉੱਥੇ ਹੀ ਵੈਪਨ ਆਪਣਾ ਰੱਖਿਆ ਹੋਇਆ ਸੀ। ਉਹਨੇ ਆਪਣਾ ਵੈਪਨ ਕੱਢ ਲਿਆ ਉੱਥੋਂ ਔਰ ਉਸਨੇ ਪੁਲਿਸ 'ਤੇ ਫਾਇਰ ਕੀਤਾ, ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਉਸਦੇ ਪੈਰ 'ਤੇ ਲੱਤ 'ਤੇ ਇੱਕ ਗੋਲੀ ਲੱਗੀ ਹੈ। ਉਹਨੂੰ ਇਮੀਡੀਏਟਲੀ ਇਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਾਂ ਹੋਸਪਿਟਲ। ਸਤਿ ਸ਼੍ਰੀ ਅਕਾਲ, ਡੀਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਵੱਡੀ ਤੇ ਅਹਿਮ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਰ ਰਾਤ ਲੁਟੇਰੇ ਦਾ ਐਨਕਾਊਂਟਰ ਕੀਤਾ ਗਿਆ। ਇਸ ਲੁਟੇਰੇ ਨੇ ਲੋਹਾ ਵਪਾਰੀ ਤੋਂ ਮੰਡੀ ਗੋਬਿੰਦਗੜ੍ਹ ਦੇ ਵਿੱਚ 26 ਲੱਖ ਰੁਪਏ ਦੇ ਕਰੀਬ ਦੀ ਲੁੱਟ ਕੀਤੀ ਸੀ। ਜਦੋਂ ਇਹਨੂੰ ਰਿਕਵਰੀ ਵਾਸਤੇ ਲਿਜਾਇਆ ਗਿਆ ਤਾਂ ਇਹਨੇ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ। ਫਿਲਹਾਲ ਇਹ ਲੁਟੇਰਾ ਜ਼ਖਮੀ ਹੋਇਆ ਤੇ ਪੁਲਿਸ ਅਧਿਕਾਰੀ ਰਾਕੇਸ਼ ਯਾਦਵ ਹੋਰਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਇੱਕ ਲੁੱਟ ਦੀ ਵਾਰਦਾਤ ਰਿਪੋਰਟਡ ਹੋਈ ਸੀ ਮੰਡੀ ਗੋਬਿੰਦਗੜ੍ਹ, ਜਿਸ 'ਚ ਆਪਾਂ FIR ਨੰਬਰ 17/2024 ਦਰਜ ਕੀਤੀ ਸੀ ਅੰਡਰ ਸੈਕਸ਼ਨ 395(34) ਔਰ 25 ਆਮ ਸੈਕਟ ਦੀ, ਔਰ ਉਸ ਸਾਨੂੰ ਸੂਚਨਾ ਮਿਲੀ ਸੀ। SSP ਸਾਹਿਬ, ਮਾਨਯੋਗ SSP ਸਾਹਿਬ ਨੇ ਵੱਖੋ ਵੱਖ ਟੀਮਾਂ ਬਣਾਈ ਸੀ, ਜਿਹੜੀ ਟੀਮਾਂ ਰੇਡ ਕਰ ਰਹੀ ਸੀ। ਜਿਸ ਹਿਸਾਬ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ DSP ਜਿਹੜੇ ਹੈਗੇ, ਬਸੀ DSP ਮੰਡੀ ਗੋਬਿੰਦਗੜ੍ਹ, ਸਾਡੇ CIA ਇੰਚਾਰਜ, ਹੋਰ ਜਿਹੜੇ SHOs ਹੈਗੇ, ਉਹਨਾਂ ਦੀ ਸਭ ਦੀ ਆਪਣਾ ਵੱਖੀ ਵੱਖ ਟੀਮ ਬਣਾਈ ਸੀ, ਜਿਨ੍ਹਾਂ ਨੇ ਥਾਂ ਥਾਂ 'ਤੇ ਰੇਡ ਕੀਤੀ ਹੈ। ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ 3 ਬੰਦੇ ਜਿਹੜੇ ਹੈਗੇ ਉਹ ਆਪਾਂ ਫੜ ਲਏ ਹੈ। ਇੱਥੇ ਜਦੋਂ ਰਿਕਵਰੀ ਹੋਣੀ ਸੀ ਤਾਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ, ਜਿਹੜਾ ਪੈਸੇ ਸੀਗੇ, ਉਸਦਾ ਕੁਛ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤਾਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ, ਜਿਸ ਦੇ ਵਿੱਚ ਕੱਢਣ 'ਚ ਉਹਨੇ ਉੱਥੇ ਹੀ ਵੈਪਨ ਆਪਣਾ ਰੱਖਿਆ ਹੋਇਆ ਸੀ। ਉਹਨੇ ਪੈਸੇ ਦੀ ਰਿਕਵਰੀ ਕਰਨ ਦੇ ਉਸ 'ਤੇ ਫਾਇਦਾ ਉਠਾਇਆ, ਉਹਨੇ ਆਪਣਾ ਵੈਪਨ ਕੱਢ ਲਿਆ ਉੱਥੋਂ ਔਰ ਉਸਨੇ ਪੁਲਿਸ 'ਤੇ ਫਾਇਰ ਕੀਤਾ, ਔਰ ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਉਸਦੇ ਪੈਰ 'ਤੇ ਲੱਤ 'ਤੇ ਇੱਕ ਗੋਲੀ ਲੱਗੀ ਹੈ। ਉਹਨੂੰ ਇਮੀਡੀਏਟਲੀ ਇਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਾਂ ਹੋਸਪਿਟਲ। ਤੋ ਉਸਦਾ ਜਿਹੜਾ ਹੈਗਾ ਉੱਥੇ ਡਾਕਟਰ ਨਾਲ ਵੀ ਅਸੀਂ ਤਾਲਮੇਲ ਕਰ ਰਹੇ ਹਾਂ, ਉਸਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕੋਸ਼ਨ ਅਸੀਂ ਲੈ ਸਕਦੇ ਹਾਂ। ਸਰ, ਕਿੰਨੇ ਬੰਦੇ ਸੀਗੇ ਜੀ ਇੱਥੇ ਆਏ? ਇੱਥੇ ਇੱਕ ਬੰਦਾ ਸੀਗਾ ਜੀ। ਇੱਕ ਜੀ, ਬਾਕੀ ਦੋ ਜੀ? ਬਾਕੀ ਦੋ ਹੈਗੇ ਜੀ, ਕਸਟਡੀ 'ਚ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੋਟਲ 3 ਬੰਦੇ ਪਕੜੇ ਗਏ? ਅਜੇ ਤੱਕ 3 ਹੈ, ਬਾਕੀ ਉਹ ਇਨਵੈਸਟੀਗੇਸ਼ਨ, ਬਾਕੀ ਡਿਟੇਲ ਦੇ ਵਿੱਚ SSP ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ। ਸ਼ੀ ਇਜ਼ ਮੋਨੀਟਰਿੰਗ, ਤੋ ਸਾਰਾ ਡਿਟੇਲ ਮੋਨੀਟਰ ਕਰ ਰਹੇ ਹਾਂ। ਆਪਣੇ ਕੋਈ ਮੁਲਾਜ਼ਮ ਸੇਫ ਨੇ ਸਾਰੇ? ਆਪਣਾ ਇੱਕ ਮੁਲਾਜ਼ਮ ਦੀ ਇੰਜਰਡ ਹੈ ਔਰ ਉਸਨੂੰ ਵੀ ਅਸੀਂ ਬਸੀ ਹਸਪਤਾਲ ਭੇਜਿਆ ਹੋਇਆ। ਅਤੇ ਰਿਕਵਰੀ ਸਰ? ਰਿਕਵਰੀ ਜੀ ਹੁਣ ਕਾਊਂਟ ਕਰਨਾ ਜੀ, ਕੁਛ ਰਿਕਵਰੀ ਆਲਰੇਡੀ ਹੋ ਗਈ ਸੀ ਔਰ ਜਿਹੜੀ ਪਾਰਟ ਰਿਕਵਰੀ ਉਹ ਇੱਥੇ ਹੈਗੀ ਔਰ ਗੱਡੀ ਦੇ ਵਿੱਚ ਹੀ ਪਈ ਹੈ, ਅਸੀਂ ਉਹ ਹੁਣ ਸਾਰਾ ਕੁਛ ਰਿਕਵਰ ਕਰਨਾ, ਤੋ ਉਸਦੇ ਬਾਅਦ ਫਿਰ ਤੁਹਾਨੂੰ ਦੱਸਣੀ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਨੇ, ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਇਸੇ ਕੜੀ ਦੇ ਤਹਿਤ ਜਦੋਂ ਇਸ ਲੁਟੇਰੇ ਨੂੰ ਰਿਕਵਰੀ ਵਾਸਤੇ ਲਿਜਾਇਆ ਗਿਆ ਤਾਂ ਇਸ ਲੁਟੇਰੇ ਨੇ ਗੱਡੀ ਦੇ ਵਿੱਚ ਰੱਖੇ ਵੈਪਨ ਦੇ ਨਾਲ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ। ਫਿਲਹਾਲ ਇਸ ਲੁਟੇਰੇ ਨੂੰ
ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਤੇ ਵਿਰੋਧੀ ਵੀ ਲਗਾਤਾਰ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਕਰਦੇ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ, ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ, ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਹਰ ਕਦਮ ਚੁੱਕ ਰਹੇ ਹਾਂ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।